ਸਤਿ ਸ੍ਰੀ ਅਕਾਲ ਦੋਸਤੋ ਮੈਂ ਪ੍ਰਦੀਪ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਕਬੱਡੀ 365 ਤੇ ਅੱਜ ਫੇਰ ਇੱਕ ਟੂਰਨਾਮੈਂਟ ਦੀ ਗੱਲ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਇਆ ਟੂਰਨਾਮੈਂਟ ਹੈਗਾ ਜੀ ਫੁੱਲਾਂਵਾਲ ਦਾ ਲੁਧਿਆਣਾ ਏਰੀਆ ਦਾ ਇਹ ਟੂਰਨਾਮੈਂਟ ਹੈ ਪਰ ਹੁਣ ਤੁਸੀਂ ਵੀ ਜਾਨਣਾ ਚਾਹ ਰਹੇ ਹੋਗੇ ਵੀ ਇਸ ਟੂਰਨਾਮੈਂਟ ਦੇ ਬਾਰੇ ਦੱਸਿਆ ਕਿਉਂ ਜਾ ਰਿਹਾ ਇਹ ਤੁਹਾਨੂੰ ਦੱਸਣਾ ਵੀ ਜ਼ਰੂਰੀ ਹੈ ਇਸ ਟੂਰਨਾਮੈਂਟ ਤੇ ਕੀ ਕੁਝ ਹੋਣਾ ਹੈ ਕੀ ਇਨਾਮ ਹੋਣਗੇ ਕਿਹੋ ਜਿਹੇ ਖਿਡਾਰੀ ਆਉਣਗੇ ਕਿਸ ਤਰ੍ਹਾਂ ਦੇ ਕੁਝ ਵੱਖਰਾ ਕੀ ਹੋ ਰਿਹਾ ਹੈ ਇਹ ਜਾਣਨ ਦੇ ਲਈ ਮੈਂ ਟੂਰਨਾਮੈਂਟ ਕਮੇਟੀ ਕੋਲ ਦੇ ਆਇਆ ਹੈਗਾ ਤੇ ਇਹਨਾਂ ਨਾਲ ਗੱਲਬਾਤ ਕਰਾਂਗੇ ਵੀ ਇਹ ਕੀ ਤਿਆਰੀ ਹੈਗੀ ਤੁਹਾਨੂੰ ਇਹ ਵੀ ਦੱਸ ਦਿਆਂ ਕਿ ਇਹ ਟੂਰਨਾਮੈਂਟ ਜਿਹੜਾ ਹੈਗਾ 7 ਤਰੀਕ ਨੂੰ ਆਉਣਾ ਹੈਗਾ ਬਾਈ ਹੁਣੇ ਮੇਰੇ ਨਾਲ ਨੇ ਭਾਜੀ ਮੈਂ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਜੀ ਭਾਜੀ 365 ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਜੀ ਆਇਆਂ ਨੂੰ ਤੇ ਸਤਿ ਸ੍ਰੀ ਅਕਾਲ ਬਾਈ ਮੈਂ ਨਾ ਅਸਲ ਚ ਜਾਣਨ ਵਾਸਤੇ ਤੁਹਾਡੇ ਕੋਲੇ ਆਇਆ ਹਾਂ ਟੂਰਨਾਮੈਂਟ ਤਾਂ ਆ ਰਿਹਾ ਹੈ ਤੇ ਮੈਂ ਨਾ ਇਹ ਟਰੈਕਟਰ ਵੀ ਖੜੇ ਦਿਖਾਈ ਦੇ ਰਹੇ ਨੇ ਕਿਸ ਤਰ੍ਹਾਂ ਦੀ ਤਿਆਰੀ ਹੈ ਬੈਸਟ ਰੇਡਰ ਤੇ ਜਾਫੀ ਵਾਸਤੇ ਹੋਣਗੇ ਵੈਸੇ ਹਾਂਜੀ ਹਾਂਜੀ ਬੈਸਟ ਰੇਡਰ ਤੇ ਜਾਫੀ ਨੂੰ ਜੀ 4 ਟਰੈਕਟਰ ਦਿੱਤੇ ਜਾਣਗੇ ਜੀ ਹਾਂਜੀ ਇਨਾਮ ਫਸਟ ਕਿਹੜਾ ਕਿੰਨਾ ਹੋਊਗਾ ਸੈਕੰਡ ਕਿੰਨਾ ਹੋਊਗਾ ਫਸਟ ਪ੍ਰਾਈਜ਼ ਹੋਊਗਾ ਜੀ 1 ਲੱਖ ਰੁਪਈਆ ਹੂੰ ਸੈਕੰਡ ਪ੍ਰਾਈਜ਼ ਹੋਊਗਾ ਜੀ 75000 ਰੁਪਈਆ ਹਾਂ ਤੇ ਉਹ ਇੱਥੇ ਟੀਮਾਂ ਕਿਹੜੀਆਂ ਖੇਡਣੀਆਂ ਕਿਸ ਤਰ੍ਹਾਂ ਦੀਆਂ ਤਿੰਨ ਬਾਰੋਂ ਉਹ ਆਲ ਓਪਨ ਕੀ ਹੋਊਗਾ ਉਹ ਵੀ ਆਲ ਓਪਨ ਦੇ ਪੈਂਡਵਾਰ ਹੋਊਗੀ ਜੀ ਤਿੰਨ ਖਿਡਾਰੀ ਬਾਹਰ ਹੋਣਗੇ ਜੀ ਤੇ ਸੱਦੇ ਪੱਤਰ ਵਾਲੀਆਂ ਟੀਮਾਂ ਆਪਾਂ ਐਂਟਰ ਕਰਨੀਆਂ ਜੀ ਕਿੰਨੀਆਂ ਟੀਮਾਂ ਕਿੰਨੀਆਂ ਖੜਾਓਗੇ ਫਿਰ 16 ਟੀਮਾਂ ਐਂਟਰ ਕਰ ਰਹੀਆਂ ਜੀ ਅਸੀਂ ਹਾਂਜੀ ਤੇ ਤਿਆਰੀ ਕਿਸ ਤਰ੍ਹਾਂ ਦੀ ਹੈਗੀ ਹੈ ਫਿਰ ਸਾਡੀ ਪੂਰੀ ਤਿਆਰੀ ਮੈਨੂੰ ਮੈਨੂੰ ਇਹ ਹੁੰਦਾ ਬਾਈ ਜਦੋਂ ਇਹ ਟਰੈਕਟਰ ਹੁੰਦੇ ਆ ਨਾ ਉਹ ਤੋਂ ਇਕੱਠ ਵੱਡਾ ਹੋ ਜਾਂਦਾ ਤਾਂ ਫਿਰ ਆਪਾਂ ਨੂੰ ਉਹ ਜਿਹਾ ਆਪਣਾ ਤਾਮਚਾਮ ਜਿਹੜਾ ਸਿਸਟਮ ਹੁੰਦਾ ਉਹਨੂੰ ਵੀ ਵਧੀਆ ਢੰਗ ਨਾਲ ਬਣਾਉਣਾ ਪੈਂਦਾ ਉਹਦੀ ਤਿਆਰੀ ਫੁੱਲ ਹੈ ਜੀ ਪੂਰੇ ਪ੍ਰਬੰਧ ਆਈ ਸਾਡੇ ਹਰ ਤਰ੍ਹਾਂ ਦਾ ਪ੍ਰਬੰਧ ਕੀਤਾ ਹੋਇਆ ਹੈ ਜੀ ਕਿੰਨਾ ਕਿੰਨੇ ਕੁ ਦਰਸ਼ਕ ਲੱਗਦਾ ਪਹੁੰਚਣਗੇ ਤੁਹਾਡੇ ਕੋਲ ਆ ਦਰਸ਼ਕ ਮੈਨੂੰ ਲੱਗਦਾ ਜੀ 5 ਤੋਂ 7-8000 ਦੇ ਨੇੜੇ ਤੇੜੇ ਹੋਣਗੇ ਕਿਉਂਕਿ ਟੀਮਾਂ ਪੂਰੇ ਪੰਜਾਬ ਤੇ ਹਰਿਆਣੇ ਦੀ ਗਹਿਲ ਉਹ ਵੀ ਮਿਲਾਈ ਆ ਰਹੀ ਆ ਅਸੀਂ ਟੀਮਾਂ ਡਿਕਲੇਅਰ ਨਹੀਂ ਕਰ ਸਕਦੇ ਹਾਂ ਅਸੀਂ ਸਰਪ੍ਰਾਈਜ਼ ਰੱਖਣਾ ਹੈ ਹਾਂ ਲੋਕਾਂ ਦੇ ਲਈ ਵੀ ਹੂੰ ਤੇ ਉਹ ਜਦੋਂ ਗਰਾਊਂਡ ਦੇ ਵਿੱਚ ਆਉਣਗੇ ਉਦੋਂ ਹੀ ਪਤਾ ਲੱਗੂਗਾ ਵੀ ਕਿਹੜੇ ਪਲੇਅਰ ਖੇਡ ਰਹੇ ਆ ਬਿਲਕੁਲ ਹਾਂਜੀ ਅੱਛਾ ਭਾਈ ਹੁਣ ਮਾੜਾ ਜਿਹਾ ਮੈਨੂੰ ਇਹ ਜਾਣਕਾਰੀ ਤੁਹਾਡੇ ਚੋਂ ਕੌਣ ਦੇਊਗਾ ਟਰੈਕਟਰਾਂ ਦੇ ਬਾਰੇ ਚ ਵੀ ਇਹ ਇਹ ਕਿਹੜੇ ਟਰੈਕਟਰ ਨੇ ਤੇ ਇਹ ਹਾਂਜੀ ਭਾਜੀ ਇਹ ਤੁਸੀਂ ਤਿਆਰ ਕੀਤੇ ਨੇ ਜੀ ਤੁਸੀਂ ਸਤਿ ਸ਼੍ਰੀ ਅਕਾਲ ਜੀ ਅੱਛਾ ਭਾਈ ਇਹ ਤੁਸੀਂ ਤਿਆਰ ਕੀਤੇ ਨੇ ਟਰੈਕਟਰ ਪਤਾ ਤਿਆਰ ਕਰਿਆ ਜੀ ਠੀਕ ਹੈ ਜੀ ਕਿੰਨਾ ਟਾਈਮ ਕਿੰਨਾ ਲੱਗਿਆ ਇਹਨਾਂ ਨੂੰ ਤਿਆਰ ਕਰਦਿਆਂ ਨੂੰ ਕਿਉਂਕਿ ਕਾਫੀ ਤੁਸੀਂ ਪ੍ਰੋਪਰ ਮੈਂ ਤਾਂ ਇਹ ਨਵੇਂ ਵਰਗੇ ਲੱਗ ਰਹੇ ਇੱਕ ਵਾਰੀ ਦੀ ਨਵੇਂ ਬਣਾਏ ਜੀ ਬਿਲਕੁਲ ਹਾਂਜੀ ਹਾਂ ਕਿੰਨਾ ਟਾਈਮ ਲੱਗਿਆ ਇਹਨੂੰ ਇਹ ਬਾਈ ਆਪਣੇ ਅਸਾਈ ਕਰ ਗਈ ਸੀ ਜੀ ਤੇ ਡੇਢ ਮਹੀਨਾ ਲੱਗ ਗਿਆ ਇਹਨਾਂ ਨੂੰ ਹੇ ਹੁਣ ਇਹਦੇ ਚ ਬਈ ਕੀ ਕੀ ਕੰਮ ਕੀਤਾ ਤੁਸੀਂ ਮਤਲਬ ਟਰੈਕਟਰ ਨੂੰ ਤਿਆਰ ਕਰਨ ਵਾਸਤੇ ਕਿਉਂਕਿ ਇੱਕ ਤਰ੍ਹਾਂ ਨਾਲ ਇਹ ਹੁੰਦੇ ਤਾਂ ਪੁਰਾਣੇ ਨੇ ਪਰ ਹੁਣ ਨਵੇਂ ਵਰਗੇ ਬਣਾਉਣ ਵਾਸਤੇ ਕੀ ਕੀ ਚੀਜ਼ਾਂ ਕੀਤੀਆਂ ਤੁਸੀਂ ਬਲਕਿ ਨਵੇਂ ਤੋਂ ਵੀ ਵੱਧ ਕੇ ਹੈ ਜੀ ਹਾਂ ਹਾਂ ਜੀ ਹਾਂ ਸਾਰਾ ਟੋਟਲ ਸਮਾਨ ਹੀ ਨਵਾਂ ਲਾਇਆ ਜੀ ਤੇ ਬਾਈਆਂ ਨੇ ਵਧੀਆ ਤਿਆਰ ਕਰਵਾਇਆ ਹੀ ਆਪਾਂ ਤੁਹਾਨੂੰ ਕਹਿ ਕੇ ਹਾਂ 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 ਤੇ ਜੇ ਆਪਾਂ ਇਹ ਦੇਖੀਏ ਬਾਈ ਵੀ ਇਹ ਮਤਲਬ ਇਹਨਾਂ ਨੂੰ ਤੁਸੀਂ ਕਮੇਟੀ ਨੇ ਕਿਸ ਤਰ੍ਹਾਂ ਦਾ ਰੱਖਿਆ ਵੀ ਇਹ ਟਰੈਕਟਰ ਕਿਹੋ ਜਿਹੇ ਤਿਆਰ ਕਰਾਉਣੇ ਨੇ ਇਹ ਤੁਸੀਂ ਕੀ ਗਾਈਡੈਂਸ ਸੀ ਇਹਨਾਂ ਵਾਸਤੇ ਟਰੈਕਟਰਾਂ ਨੂੰ ਤਿਆਰ ਕਰਾਉਣ ਵੇਲੇ ਟਰੈਕਟਰ ਆਪਣੇ ਕੋਲ ਹਜੇ ਵੀ ਤਿਆਰ ਕਰ ਰਹੇ ਨੇ ਬਾਈ ਜੀ ਹੁਣੀ ਹਮ ਆਪਾਂ ਇੱਕ ਇੱਕ ਪਾਰਟ ਇਹਦਾ ਹਮ ਚੰਗੀ ਤਰ੍ਹਾਂ ਖੋਲ ਕੇ ਨਵਾਂ ਜੋ ਚੀਜ਼ ਰਿਪੇਅਰ ਹੋਣ ਵਾਲੀ ਸੀ ਰਿਪੇਅਰ ਤਾਂ ਹੋਈ ਆ ਜੋ ਅਸੀਂ ਮੋਸਟਲੀ ਚੀਜ਼ਾਂ ਨਵੀਆਂ ਹੀ ਪਾਈਆਂ ਨੇ ਹਾਂ ਠੀਕ ਹੈ ਜੀ ਅੱਛਾ ਜੀ ਤੇ ਪੰਪ ਦਾ A to Z ਅਸੀਂ ਸਾਰੇ ਕੰਮ ਕਰਵਾਏ ਨੇ ਤਸੱਲੀ ਨਾਲ ਕਰਵਾਏ ਨੇ ਕੋਈ ਵੀ ਕਮੀ ਅਸੀਂ ਛੋਟੀਆਂ-ਛੋਟੀਆਂ ਚੀਜ਼ਾਂ ਦਾ ਟੋਟਲੀ ਤੁਸੀਂ ਦੇਖੋਗੇ ਅਸੀਂ ਨਵੀਆਂ ਹੀ ਪਾਈਆਂ ਨੇ ਇੰਜਨ ਨੂੰ ਛੱਡ ਕੇ ਟੋਟਲੀ ਅਸੀਂ ਤੁਸੀਂ ਦੇਖ ਸਕਦੇ ਹੋ ਟਰੈਕਟਰ ਇਦਾਂ ਲੱਗਦਾ ਵੀ ਨਵਾਂ ਹੀ ਆ ਬਿਲਕੁਲ ਅੱਛਾ ਭਈ ਤਾਂ ਕੀ ਹੁੰਦਾ ਹੈ ਕਈ ਵਾਰੀ ਨਾ ਜਦੋਂ ਖਿਡਾਰੀ ਖੇਡਦੇ ਆ ਜਦੋਂ ਉਹਨਾਂ ਨੂੰ ਕੋਈ ਪੁਰਾਣਾ ਚੀਜ਼ ਜਿਆਦੀ ਹੈ ਇਸ ਤਰ੍ਹਾਂ ਦੀ ਦਿੱਤੀ ਜਾਂਦੀ ਹੈ ਉਹਨਾਂ ਦਾ ਕਈ ਵਾਰੀ ਆਬਜੈਕਸ਼ਨ ਹੋ ਜਾਂਦਾ ਯਾਰ ਵੀ ਇਹ ਸਹੀ ਤਰੀਕੇ ਨਾਲ ਤਿਆਰ ਹੋਈ ਹੈ ਜਾਂ ਇਹਦੀ ਕੀਮਤ ਜਾਂਦੀ ਇਹਦੇ ਚ ਇਹਦੀ ਕੁਆਲਿਟੀ ਸਹੀ ਬਣ ਗਈ ਹੈ ਜਾਂ ਨਹੀਂ ਬਣ ਗਈ ਹੈ ਤੁਸੀਂ ਤੁਹਾਨੂੰ ਕਿਵੇਂ ਲੱਗਦਾ ਵੀ ਇਹ ਤੁਸੀਂ ਆਪ ਦੇ ਹਿਸਾਬ ਨਾਲ ਪੂਰਾ ਜੋਰ ਲਾਤਾ ਇਹਦੇ ਤੇ ਕਿ ਨਹੀਂ ਹਾਂਜੀ ਹਾਂਜੀ ਸਾਡਾ ਪੂਰਾ ਜੋਰ ਲੱਗਿਆ ਜੀ ਅਸੀਂ ਇਹਨਾਂ ਨੂੰ ਕਿਹਾ ਵੀ ਪੂਰੇ ਵਧੀਆ ਤਿਆਰ ਕਰਨੇ ਆ ਕਿਸੇ ਵੀ ਚੀਜ਼ ਦੀ ਕਮੀ ਨਹੀਂ ਛੱਡਣੀ ਹੈਗੀ ਤੇ ਨਾ ਹੀ ਇਹਨਾਂ ਨੇ ਛੱਡੀ ਹੈ ਜੀ ਖਰਚੇ ਵਾਸਤੇ ਕੀ ਕਿਹਾ ਸੀ ਬਾਈ ਉਹਨਾਂ ਨੇ ਵੀ ਕਟਾ ਕੇ ਰੱਖਣਾ ਜਾਂ ਕਿਵੇਂ ਬਾਈ ਇਹਨਾਂ ਨੇ ਨਹੀਂ ਕਿਹਾ ਜੀ ਇਹਨਾਂ ਨੇ ਕਿਹਾ ਖਰਚਾ ਵੀ ਚਲੋ ਕੋਈ ਗੱਲ ਨਹੀਂ ਚਾਹੀਦਾ 10000 ਦੇ ਦਿੱਤਾ ਹੀ ਹਾਂਜੀ ਵੀ ਐਸਾ ਤੁਸੀਂ ਕਿਉਂਕਿ ਇਹਨਾਂ ਨੂੰ ਤਿਆਰ ਕਰਦੇ ਹੋ ਤਾਂ ਤੁਹਾਨੂੰ ਪਤਾ ਲੱਗ ਜਾਂਦਾ ਵੀ ਇਹ ਕਿਹੋ ਜੀ ਦੀ ਕੁਆਲਿਟੀ ਤਿਆਰ ਹੋਈ ਹੈ ਹਨਾ ਵੀ ਇਹ ਤੁਹਾਨੂੰ ਲੱਗਦਾ ਵੀ ਹੁਣ ਇਹਨਾਂ ਦੇ ਇਹਨਾਂ ਦੀ ਸੈਟੀਸਫੈਕਸ਼ਨ ਹੋ ਜਾਊਗੀ ਇਹਨਾਂ ਨਾਲ ਨਹੀਂ ਉਹ ਤਾਂ ਇਹਨਾਂ ਨੂੰ ਦੱਸਣਾ ਸੀ ਜਾ ਕੇ ਆਪਾਂ ਉਹਨਾਂ ਨੇ ਬਹੁਤ ਜ਼ਿਆਦਾ ਰੂਹ ਖੁਸ਼ ਹੋਈ ਹੈ ਜੀ ਇਹ ਦੇਖ ਕੇ ਜੀ ਆਪਣਾ ਕੰਮ ਸਾਨੂੰ ਵੀ ਹੌਸਲਾ ਹੁੰਦਾ ਈ ਗੱਲ ਦਾ ਹਾਂਜੀ ਬਿਲਕੁਲ ਚਲੋ ਦੋਸਤੋ ਹੁਣ ਹਾਂਜੀ ਸਪਾਈ ਦੇਖੋ ਤੁਸੀਂ ਹਾਂਜੀ ਹੱਥੀ ਸਪਾਈ ਮੇਨ ਹੋਗਾ ਬਾਕੀ ਜਿਹੜੇ ਇਹ ਰੰਗ ਪੇਂਟ ਕਰਦੇ ਨੇ ਹਨਾ ਵਿੱਚੋਂ ਖੋਲ ਕੇ ਵੀ ਉਹਦੇ ਵਿੱਚ ਵੀ ਅੰਦਰ ਆ ਪਹਿਲੇ ਪੇਂਟ ਕਰਕੇ ਫਿਰ ਰੰਗਰ ਕੇ ਅੰਦਰੋਂ ਵੀ ਕਰਦੇ ਨੇ ਯਾਨੀ ਕਿ ਪੇਂਟ ਕਰਕੇ ਤਿਆਰ ਕਰਦੇ ਨੇ ਪੂਰੀ ਤਰ੍ਹਾਂ ਹੂੰ 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 ਤਾਂ ਇਹ ਮੇਨ ਸਫਾਈ ਹੈ ਇਹਦੀ ਜੋ ਲੁੱਕ ਅੱਖਾਂ ਦੇ ਵਿੱਚ ਬਾਜਦੀ ਹੈ ਬਿਲਕੁਲ ਨਹੀਂ ਲੁੱਕ ਲੁੱਕ ਵਾਈਜ਼ ਤਾਂ ਬਹੁਤ ਹੀ ਕਹਿੰਦੇ ਨੇ ਬਾਕੀ ਮੈਨੂੰ ਲੱਗਦਾ ਬਾਈ ਵੈਂਟੂ ਨੇ ਇਹ ਆ ਜੀ ਨਵੀਂ ਹੈ ਤਕੀ ਹੈ ਨਾ ਥੋੜੀ ਚੇਂਜ ਕੀਤੀ ਹੈ ਇਹ ਵੀ ਲੁੱਕ ਦੇ ਰਹੀ ਹੈ ਹਾਂ ਹਾਂ ਇਹ ਚੀਜ਼ ਦਾ ਵੀ ਫਰਕ ਹੈ ਫੋਰਡ 3600 ਆ ਪਰ ਇਹ ਹੁਣ ਹੁਣੇ ਬੰਦ ਹੋ ਗਿਆ ਮੇਰੇ ਖਿਆਲ ਚ ਨਾ ਕੰਪਨੀ ਤੋਂ ਤਾਂ ਨਹੀਂ ਆਉਂਦੇ ਇਹ ਨਾ 96 ਚ ਬੰਦ ਹੋ ਗਈ ਸੀਗੀ ਬਾਕੀ ਤਿਆਰ ਹੋ ਕੇ ਤਾਂ ਨਵੇਂ ਨਵੇਂ ਵੱਧ ਬਣ ਜਾਂਦਾ ਹੀ ਫਿਰ ਹਾਂਜੀ ਇੱਕ ਚੀਜ਼ ਹੋਰ ਹੈ ਬਾਈ ਮੈਨੂੰ ਲੱਗਦਾ ਇਹ ਫੋਰਡ ਦਾ ਜਿਹੜਾ ਇੱਕ ਲੋਕਾਂ ਲਈ ਵੀ ਇੱਕ ਵੱਖਰਾ ਸੁਆਦ ਨੇ ਦੀ ਆਵਾਜ਼ ਦਾ ਹੈ ਨਾ ਇੱਕ ਐਦਾਂ ਸੀ ਸਾਨੂੰ ਟਰੈਕਟਰ ਤਾਂ ਬਹੁਤ ਦਿੰਦੇ ਨੇ ਲੋਕ ਤੇ ਬਹੁਤ ਸਾਰੇ ਪਲੇਅਰਾਂ ਦੀ ਇਹ ਕੰਪਲੇਂਟ ਵੀ ਆ ਬਹੁਤ ਆਉਂਦੀ ਵੀ ਆ ਅਸੀਂ ਇਹੀ ਚੀਜ਼ ਨੂੰ ਮੁੱਖ ਰੱਖਦੇ ਹੋਏ ਇਹ ਟਰੈਕਟਰ ਨਾਲ ਬਾਓ ਬੀਜੋ ਜੋ ਮਰਜ਼ੀ ਕਰੋ ਮੋਸਟਲੀ ਲੋਕ ਕੀ ਕਰਦੇ ਆ ਪੁਰਾਣਾ ਟਰੈਕਟਰ ਤਿਆਰ ਕਰਦੇ ਆ ਉਹ ਸ਼ੋਪੀਸ ਹੁੰਦਾ ਉਹ ਨਾ ਪਲੇਅਰ ਦੇ ਵੀ ਕੰਮ ਨਹੀਂ ਆਉਂਦਾ ਕਿਸੇ ਪਲੇਅਰ ਕਿਸੇ ਨੂੰ ਵੇਚਦੇ ਆ ਉਹ ਕਿਸੇ ਅਗਲੇ ਦੇ ਵੀ ਕੰਮ ਨਹੀਂ ਆਉਂਦਾ ਇਹ ਅਸੀਂ ਇਹ ਚੀਜ਼ ਰੱਖੀ ਆ ਵੀ ਇਹਦੇ ਨਾਲ ਚਾਹੇ ਬਾਓ ਬੀਜੋ ਕਿਉਂਕਿ ਅਸੀਂ ਵੀ ਹੁਣ ਇਹਨੂੰ ਪਹਿਲਾਂ ਤਿਆਰ ਕਰਾ ਲਿਆ ਹੁਣ ਹਫ਼ਤਾ ਅਸੀਂ ਇਹਦੇ ਨਾਲ ਗਰਾਊਂਡ ਵੀ ਬੋਣਾ ਸਾਰਾ ਕੁਝ ਅਸੀਂ ਇਹਦੇ ਨਾਲ ਕਰਨਾ ਵਾ ਮੈਂ ਪਹਿਲਾਂ ਯੂਜ਼ ਕਰਕੇ ਦੇਖੋਗੇ ਹਾਂ ਜੀ ਇਹਨੂੰ ਭਾਈ ਇਹਨੇ ਕੋਈ ਕਮੀ ਨਹੀਂ ਰੱਖੀ ਹੈਗੀ ਇਹਦੇ ਵਿੱਚ ਜੀ ਹਾਂ ਜੀ ਇਹ ਕੋਈ ਗਰਾਰੀ ਕੋਈ ਦਾਗੀ ਹੋਰ ਸਾਰਾ ਕੰਪਲੀਟ ਕੰਮ ਕਰਵਾਇਆ ਹੈਗਾ ਤੇ ਬਾਕੀ ਬਕਾਇਦਾ ਬਾਈ ਨੇ ਫੋਟੋਆਂ ਪਾਈਆਂ ਨਹੀਂ ਇਕੱਲੀ-ਕੱਲੀ ਚੀਜ਼ ਦੀ ਜਿੰਨਾ ਕੰਮ ਕਰਦਾ ਸੀਗਾ ਜੇ ਪੇਂਟ ਕਰਨਾ ਜਾਂ ਕੋਈ ਗਰਾਰੀ ਬਦਲਣੀ ਹੈ ਨਾ ਗੇਅਰ ਦਾ ਸਾਈਜ਼ ਕਰਨਾ ਹੈ ਨਾ ਉਹ ਇਕੱਲੀ-ਕੱਲੀ ਇਹਨਾਂ ਨੂੰ ਫੋਟੋ ਭੇਜੀ ਹੈ ਵੀ ਆਹ ਕੰਮ ਅਸੀਂ ਹੁਣ ਕਰ ਰਹੇ ਹਾਂਗੇ ਹਾਂ ਬਕਾਇਦਾ ਬਹੁਤ ਸੌਂਗ ਨਾਲ ਤਿਆਰ ਕੀਤੇ ਨੇ ਦੋਨੇ ਟਰੈਕਟਰ ਬਿਲਕੁਲ ਬਿਲਕੁਲ ਅੱਛਾ ਭਾਈ ਇਹਦੇ 'ਚ ਕੋਈ ਇਹ ਫਰਕ ਹੈਗਾ ਵੀ ਇਹ ਰੇਡਰ ਨੂੰ ਤੇ ਉਹ ਜਾਫੀ ਨੂੰ ਮੇਰੇ ਖਿਆਲ 'ਚ ਇਹ ਲਿਖਿਆ ਵੀ ਹੋਇਆ ਉਦਾਂ ਦਾ ਨਾ ਬੈਸਟ ਰੇਡਰ ਵਾਸਤੇ ਆਹ ਵਾਲਾ ਟਰੈਕਟਰ ਤੇ ਬੈਸਟ ਜਾ ਕੋਈ ਫਰਕ ਨਹੀਂ ਹੈ ਜਦੋਂ ਦਿਲੋਂ ਦਿਲੋਂ ਤਿਆਰ ਕਰਿਆ ਨਾ ਕੋਈ ਜਾਫੀਰਾ ਨਾ ਕੋਈ ਵੀ ਰੇਡਰ ਦਾ ਦਿਲੋਂ ਆਇ ਨਹੀਂ ਰੱਖਿਆ ਵੀ ਸੇਮ ਰੱਖਿਆ ਹਾਂ ਜੋਰ ਦੋਨਾਂ ਦੀ ਬਰਾਬਰ ਲੱਗਿਆ ਦੋਨਾਂ ਦਾ ਬਰਾਬਰ ਲੱਗਿਆ ਹਾਂ ਠੀਕ ਹੈ ਠੀਕ ਹੈ ਜੀ ਸਹੀ ਹੈ ਜੀ ਹਾਂ ਉਸ ਤੋਂ ਬਾਅਦ ਜੋਰ ਸਾਡੀ ਕਮੇਟੀ ਦਾ ਲੱਗਿਆ ਹੈ ਹਾਂ ਇਹ ਤਾਂ ਗੱਲ ਸਹੀ ਹੈ ਸਾਨੂੰ ਲੰਬਾ ਨਾ ਬਕੀ ਅੱਛਾ ਜਦੋਂ ਟਰੈਕਟਰ ਤਿਆਰ ਹੋ ਰਹੀ ਸੀ ਤਾਂ ਫਿਰ ਤੁਸੀਂ ਇੱਥੇ ਬਾਰ-ਬਾਰ ਆ ਕੇ ਦੇਖਦੇ ਸੀ ਵੀ ਕੀ ਪੋਜੀਸ਼ਨ 'ਚ ਕੀ ਨੇ ਬਾਰ-ਬਾਰ ਆਏ ਹਾਂ ਹਾਂ ਬੇਚਤ ਪੰਜ ਸੱਤ ਗਿੜੀ ਲੱਗੇ ਸਾਡੇ ਜੀ ਬਾਈ ਜੀ ਹੁਣੀ ਵੀਡੀਓ ਵੀ ਭੇਜ ਦੇ ਰਹੀਆਂ ਦੀ ਹਰ ਸਮਾਨ ਦੀ ਕੀ ਆ ਲੱਗ ਰਿਆ ਵਾ ਇਹ ਨਹੀਂ ਇਦਾਂ ਜੋ ਵੀ ਸਮਾਨ ਸਾਰਾ ਇਹਨਾਂ ਨੇ ਸਾਨੂੰ ਭੇਜ ਕੇ ਦੱਸਿਆ ਟਰੈਕਟਰ ਖੋਲ ਕੇ ਹਾਂਜੀ ਬਕਾਇਦਾ ਇਹਨਾਂ ਨੇ ਸਾਨੂੰ ਫੋਟੋਜ਼ ਵੀਡੀਓਜ਼ ਵਗੈਰਾ ਸੈਂਡ ਕੀਤੀਆਂ ਵੀ ਇੱਕ ਇੱਕ ਪਾਰਟ ਖੋਲ ਕੇ ਪੇਂਟ ਕੀਤਾ ਬਾਕੀ ਹੋਰ ਸਭ ਕੁਝ ਮੋਸਟਲੀ ਇਹਨਾਂ ਨੇ ਚੇਂਜ ਹੀ ਕਰਤਾ ਕੁਝ ਪੁਰਾਣੀ ਚੀਜ਼ ਕੋਈ ਛੱਡੀ ਨਹੀਂ ਇੰਜਨ ਤੋਂ ਬਿਨਾ ਇੰਜਨ ਪੂਰੇ ਵਧੀਆ ਨੇ ਕੋਈ ਐਦਾਂ ਨਹੀਂ ਇੰਜਨ ਵੀ ਚੈੱਕ ਕਰਾਏ ਚੰਗੀ ਤਰ੍ਹਾਂ ਇਹਨਾਂ ਹੋਵੇ ਵੀ ਇੰਜਨ ਦੀ ਕੋਈ ਕਮੀ ਰਹਿ ਜਵੇ ਅਸੀਂ ਉਹ ਵੀ ਕੋਈ ਕਮੀ ਨਹੀਂ ਛੱਡੀ ਹੈਗੀ ਜਿੱਦਾਂ ਵੀਰੇ ਖਿਡਾਰੀਆਂ ਦੀ ਮੈਂਟੈਲਿਟੀ ਬਣੀ ਹੁੰਦੀ ਹੈ ਨਾ ਵੀ ਪੁਰਾਣੀ ਚੀਜ਼ ਆ ਵੀ ਉਹ ਸਾਨੂੰ ਧੋਖਾ ਦੇ ਜਾਂਦੀ ਆ ਉਸ ਤਰ੍ਹਾਂ ਦਾ ਇਹਦੇ ਵਿੱਚ ਕੁਝ ਨਹੀਂ ਹੋਊਗਾ ਇਹਨੂੰ ਅਸੀਂ ਪ੍ਰੋਪਰ ਏ ਟੂ ਜ਼ेड ਜਿਵੇਂ ਕਹਿੰਦੇ ਵੀ ਐਨ ਪ੍ਰੋਪਰ ਨਵਾਂ ਤਿਆਰ ਕੀਤਾ ਗਿਆ ਮਤਲਬ ਮਤਲਬ ਗਲਮਲਾ ਕੀ ਇਸ ਵਾਸਤੇ ਕਈ ਤਾਂ ਹੁੰਦੇ ਨੇ ਉਹ ਦਿਖਾਵਾ ਉੱਪਰ ਇਹ ਇਹ ਅੰਦਰੋਂ ਤਿਆਰ ਕੀਤੇ ਹੋਏ ਕਵਾਲਟੀ ਇਹਦੇ ਵਿੱਚ 51 ਲਾ ਕੇ 11 ਖਲਾਂ ਦਾ ਥੱਲੇ ਜਿਵੇਂ ਮਰਜੀ ਬਾਹੋ ਠੀਕ ਹੈ ਹਾਂ ਜੀ ਹੁਣ ਥੋੜਾ ਜਿਹਾ ਲੀਏ ਥੋੜਾ ਜਿਹਾ ਮੈਨੂੰ ਇਹਨਾਂ ਚੀਜ਼ਾਂ ਦਾ ਥੋੜਾ ਹਿਸਾਬ ਘੱਟ ਹੈ ਮੈਂ ਵੀ ਕਹਾਂ ਵੀ ਕੀ ਲੱਗਦਾ ਹੁੰਦਾ ਇਹਦਾ ਮੈਨੂੰ ਪਤਾ ਨਹੀਂ ਪਰ ਜੋ ਕਹਿ ਰਹੇ ਹੋ ਮੈਨੂੰ ਲੱਗਦਾ ਵੱਡੀ ਚੀਜ਼ ਹੀ ਹੋਣੀ ਹੈ ਸਹੀ ਗੱਲ ਹੈ ਆਹ ਖਲਾਂ ਦਾ ਕਹਿੰਦੇ ਕਲਟੀਵੇਟਰ ਹਾਂ ਚੱਕਲ ਕਲਟੀਵੇਟਰ ਜਿਹੜੇ ਜਮਾ ਥੱਲੇ ਲਾ ਕੇ ਪੂਰਾ ਬਾਹੋ ਪੂਰੇ ਪ੍ਰੋਪਰ ਪ੍ਰੋਪਰੀ ਸੋ ਦੋਸਤੋ ਮੈਂ ਨਾ ਥੋੜਾ ਜਿਹਾ ਹੁਣ ਆਪਾਂ ਦਿਖਾ ਦਈਏ ਤੁਹਾਨੂੰ ਇਹ ਟਰੈਕਟਰ ਜਿਹੜੇ ਤਿਆਰ ਕੀਤੇ ਗਏ ਨੇ ਇਹਨਾਂ ਦੀ ਲੁੱਕ ਵਾਈਜ਼ ਇਹਨਾਂ ਨੂੰ ਇਹਨਾਂ ਦੇ ਉੱਪਰ ਆ ਜਿਹੜਾ ਛਤਰੀ ਵਾਲਾ ਸਿਸਟਮ ਵੀ ਜਿਹੜਾ ਮਾਡਰਨ ਜਿਹੜਾ ਹੈਗਾ ਉਹ ਲਾਇਆ ਅੱਛਾ ਭਾਈ ਇਹਦੇ 'ਚ ਤੁਸੀਂ ਉਹ ਸਟੀਰੀਓ ਵੀ ਮੇਰੇ ਖਿਆਲ ਚਲਾ ਦਿੱਤਾ ਹੈ ਹਾਂਜੀ ਹਾਂਜੀ ਉਹ ਵੀ ਵਧੀਆ ਚਲਾਇਆ ਜੀ ਕੋਈ ਐ ਨਹੀਂ ਵੀ ਆਪਾਂ ਇੱਕ ਦਿਖਾਵੇ ਵਾਸਤੇ ਆ ਜੀ ਵਧੀਆ ਚੀਜ਼ ਲਾਈ ਆ ਜੀ ਮੰਜ ਨੇ ਕਹਿ ਕੇ ਲਵਾਇਆ ਜੀ ਆਪਾਂ ਤੋਂ ਠੀਕ ਹੈ ਹਾਂਜੀ ਅੱਛਾ ਇਹ ਇਹ ਜਿਹੜਾ ਸਟੀਰੀਓ ਹੈਗਾ ਇਹਦੇ 'ਚ ਕੀ ਹੈ ਪੈਨ ਡਰਾਈਵ ਚੱਲੂਗੀ ਜਾਂ ਫਿਰ ਕੀ ਮਤਲਬ ਇਹਦੇ 'ਚ ਚੱ ਹੋਣਾ ਲੱਗਦਾ ਹੈ ਠੀਕ ਹੈ ਗੱਲ ਸੋ ਦੋਸਤੋ ਹੁਣ ਇਹ ਟਰੈਕਟਰ ਜਿਹੜੇ ਨੇ ਤੁਹਾਡੇ ਸਾਹਮਣੇ ਨੇ ਖਿਡਾਰੀ ਜਿਹੜੇ ਇਸ ਟੂਰਨਾਮੈਂਟ ਤੇ ਫੁੱਲਾਂ ਵਾਲ ਦੇ ਟੂਰਨਾਮੈਂਟ ਤੇ ਪਹੁੰਚਣਗੇ ਉਹਨਾਂ ਵਾਸਤੇ ਇਹ ਟਰੈਕਟਰ ਤਿਆਰ ਕੀਤੇ ਗਏ ਨੇ ਹੁਣ ਇਹ ਖਿੱਚ ਜਿਹੜੀ ਹੈਗੀ ਆ ਇਹ ਟਰੈਕਟਰਾਂ ਵਾਲੀ ਜਿਹੜੀ ਖਿੱਚ ਹੈ ਤੁਹਾਡੇ ਚ ਵੀ ਜ਼ਰੂਰ ਹੋਣੀ ਹੈ ਤੁਸੀਂ ਵੀ ਜਾਨਣਾ ਚਾਹੋਗੇ ਵੀ ਕਿਹੜੇ ਉਹ ਖਿਡਾਰੀ ਹੋਣਗੇ ਜਿਹੜੇ ਇਸ ਟੂਰਨਾਮੈਂਟ ਤੋਂ ਆਹ ਵਾਲੇ ਟਰੈਕਟਰ ਆਪਦੇ ਘਰੇ ਲੈ ਕੇ ਜਾਣਗੇ ਸੋ ਤੁਸੀਂ ਆਪਣੀ ਹਾਂਜੀ ਨੰਬਰ ਹੀ ਬੋਲ ਦਿਓ ਕਿਸੇ ਵੀਰ ਨੇ ਹੋਰ ਹਨਾ ਤਿਆਰ ਕਰਵਾਉਣਾ ਹੋਵੇ ਤਾਂ ਵੀਰ ਦਾ ਜਿਹੜਾ ਇਹਦਾ ਨਾਮ ਆਗਾ ਜਵੰਦਾ ਫਾਰਮ ਆਗਾ ਹਨਾ ਹਾਂਜੀ ਇਹ ਜਵੰਦਾ ਫਾਰਮ ਬਰਨਾਲਾ ਤੋਂ ਸੇਖਾ ਰੋਡ ਤੇ ਕਹਿ ਸਕਦੇ ਆਪਾਂ ਸੇਖਾ ਰੋਡ ਤੇ ਹਾਂਜੀ ਹਾਂਜੀ ਇੱਥੇ 5-6 ਕਿਲੋਮੀਟਰ ਪੈ ਜਾਂਦਾ ਹੀ ਇਹ ਹਾਂਜੀ ਹਾਂਜੀ ਤੁਹਾਡਾ ਫੋਨ ਨੰਬਰ ਦੱਸ ਦਿਓ ਤਾਂ ਕਿ ਜਿਵੇਂ ਬਾਈ ਨੇ ਕਿ ਆਪਣਾ ਫੋਨ ਨੰਬਰ 98154 ਜੀ 62865 ਜੀ ਬਿਲਕੁਲ ਕੰਟੈਕਟ ਕਰਕੇ ਕੋਈ ਵੀਰ ਹਨਾ ਤਿਆਰ ਕਰਵਾਉਣਾ ਚਾਹੁੰਦਾ ਹੈ ਤਾਂ ਉਹ ਕਰਵਾ ਸਕਦਾ ਹੈ ਬਿਲਕੁਲ ਹਾਂ ਚਲੋ ਬਹੁਤ ਬਹੁਤ ਸ਼ੁਕਰੀਆ ਬਾਈ ਜੀ ਹਨਾ ਪਰ ਤੁਸੀਂ ਸੋਹਣੇ ਟਰੈਕਟਰ ਤਿਆਰ ਕੀਤੇ ਬਾਈ ਆ ਜੀ ਆ ਦੇਖੋ ਜੀ ਸਾਰਾ ਖੋਲੇ ਪੈ ਨਹੀਂ ਸਾਰੇ ਬਾਹਰ ਜਾਣੇ ਆ ਟਰ ਲਾ ਕੇ ਪਹਿਲਾਂ ਹਨਾ ਤੁਸੀਂ ਵੀ ਪੇਂਟ ਵੱਜਣਾ ਜੀ ਵਿੱਚ ਪੇਂਟ ਮਾਰ ਕੇ ਫੇਰ ਤਿਆਰ ਕੀਤਾ ਇੱਦਾਂ ਤੁਹਾਡਾ ਦੇਖ ਹੀ ਰਿਹਾ ਬਈ ਮਿਹਨਤ ਤੁਸੀਂ ਸਾਰਾ ਖੋਲੀ ਬੈਠੇ ਮੈਨੂੰ ਲੱਗਦਾ ਵਧੀਆ ਢੰਗ ਨਾਲ ਤਿਆਰ ਕਰਦੇ ਹੋ ਤਾਂ ਹੀ ਮੈਨੂੰ ਲੱਗਦਾ ਵੀਰ ਹੁਣਾਂ ਨੇ ਇੱਡੀ ਦੂਰੋਂ ਆ ਕੇ ਤੁਹਾਨੂੰ ਚੂਜ਼ ਕੀਤਾ ਹੈ ਨਾ ਵੀ ਤੁਹਾਡੇ ਤੋਂ ਟਰੈਕਟਰ ਬਣਾਉਣ ਨੇ ਸੋ ਦੋਸਤੋ ਹੁਣ ਟਰੈਕਟਰ ਰੈਡੀ ਨੇ ਰੈਡੀ ਤੁਸੀਂ ਵੀ ਹੋ ਜਾਣਾ ਹੈ 7 ਤਰੀਕ ਨੂੰ ਫੁੱਲਾਂਵਾਲ ਦਾ ਟੂਰਨਾਮੈਂਟ ਲੁਧਿਆਣਾ ਜ਼ਿਲ੍ਹੇ ਦਾ ਟੂਰਨਾਮੈਂਟ ਹੈ ਭਾਜੀ ਇੱਕ ਇੱਕ ਚੀਜ਼ ਥੋੜੀ ਜੀ ਮੇਰੀ ਪੈਂਡਿੰਗ ਰਹਿ ਗਈ ਸੌਰੀ ਕਿ ਉਹ ਇਹਦੀ ਲੋਕੇਸ਼ਨ ਕਿੱਥੇ ਹੋ ਟੂਰਨਾਮੈਂਟ ਕਿੱਥੇ ਹੋਊਗਾ ਫੁੱ ਉਕਾ ਰੋਡ ਦੇ ਉੱਤੇ ਫੁੱਲਾਂ ਵਾਲਾ ਪੈਂਡਾ ਜੀ ਗਰਾਊਂਡ ਸਾਡਾ ਹੈਗਾ ਜੀ ਫਲਾਵਰ ਚੌਂਕ ਦੇ ਵਿੱਚ ਫਲਾਵਰ ਚੌਂਕ ਦੇ ਨਾਲ ਗਰਾਊਂਡ ਹੈ ਸਾਡਾ ਠੀਕ ਹੈ ਉੱਥੇ ਰਿਆੜੀ ਤਿਆਰੀ ਹੋਈ ਹੋਈ ਆ ਪੂਰੀ ਪੂਰੀ ਨਿਸ਼ਾਨ ਦਿੱਤੇ ਹੋਣਗੇ ਜੀ ਹੂੰ ਬੀ ਇੱਧਰ ਗਰਾਊਂਡ ਆ ਇੱਧਰ ਮੇਲਾ ਹੋ ਰਿਹਾ ਸਾਰੇ ਨਿਸ਼ਾਨ ਲਾਵਾਂਗੇ ਜੀ ਬਿਲਕੁਲ ਸੋ ਦੋਸਤੋ ਹੁਣ ਤੁਸੀਂ ਆਪਣੀ ਤਿਆਰੀ ਰੱਖਿਓ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਬਾਈ ਜੀ ਉਹਨਾਂ ਦਾ ਵੀ ਨੰਬਰ ਤੁਹਾਨੂੰ ਦੱਸ ਦਿੱਤਾ ਹੈਗਾ ਉਹਨਾਂ ਨੇ ਜੇ ਕੋਈ ਟਰੈਕਟਰ ਬਣਾਉਣਾ ਹੋਇਆ ਤਾਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਹਾਂਜੀ ਜਵੰਦਾ ਫਾਰਮ ਆਈ ਆਪਣਾ ਹਾਂਜੀ ਸੇਖਾ ਰੌਰ ਤੇ ਹੀ ਬਿਲਕੁਲ ਬਿਲਕੁਲ ਹਾਂਜੀ ਤੇ ਨੰਬਰ ਕਿਹੜਾ ਫੇਰ ਬੋਲ ਦਿੰਨੇ ਜੀ ਬੋਲ ਦਿਓ ਜੀ 98154 ਜੀ 62865 ਜੀ ਠੀਕ ਹੈ ਠੀਕ ਹੈ ਮੇਰੇ ਅਗਰ ਤੁਸੀਂ ਵਧੀਆ ਕੰਮ ਕਰੋਗੇ ਨਾ ਤਾਂ ਲੋਕਾਂ ਨੇ ਤੁਹਾਡੇ ਕੋਲੇ ਪਹੁੰਚ ਜਾਣਾ ਉਹ ਤੁਹਾਨੂੰ ਲੱ ਆਪਣੀ ਤਿਆਰੀ ਰੱਖਿਓ ਟੂਰਨਾਮੈਂਟ ਵੱਡਾ ਹੋਊਗਾ ਇਕੱਠ ਵੀ ਵੱਡਾ ਹੋਊਗਾ ਟਾਈਮ ਸਿਰ ਪਹੁੰਚਣਾ ਹੈਗਾ ਇਸ ਟੂਰਨਾਮੈਂਟ ਦੇ ਉੱਤੇ ਫਿਰ ਇੰਜੋਏ ਕਰਾਂਗੇ ਸਾਰਾ ਦਿਨ ਅਸੀਂ ਵੀ ਤੁਹਾਨੂੰ ਇਸ ਟੂਰਨਾਮੈਂਟ ਦੇ ਨਾਲ ਜੋੜਾਂਗੇ ਕਬੱਡੀ 365 ਦੇ ਜ਼ਰੀਏ ਜੇਕਰ ਨਾ ਪਹੁੰਚਿਆ ਜਾ ਸਕਿਆ ਤਾਂ ਕਬੱਡੀ 365 ਤੇ ਲਾਈਵ ਜ਼ਰੂਰ ਦੇਖਣਾ ਸਾਡੇ ਨਾਲ ਜੁੜਦੇ ਰਹੋ ਬਹੁਤ ਬਹੁਤ ਸ਼ੁਕਰੀਆ ਕਬੱਡੀ ਨਾਲ ਜੁੜੀਆਂ ਹੋਈਆਂ ਹੋਰ ਇਦਾਂ ਲਈ ਉਦਾਂ ਚੀਜ਼ਾਂ ਤੁਹਾਡੇ ਤੱਕ ਪਹੁੰਚਾਉਂਦੇ ਰਾਵਾਂਗੇ ਸ਼ੁਕਰੀਆ